एमएलए आने चाहिए? देखो जी, जिस हिसाब न इत काम का रिस्पोंस हैगा है या काम करने वाले हैगे है, उस हिसाब न तो सरदार प्रगट सिंह जी आने चाहिए है। एक तो साढ़े 24 नंबर वार्ड के मेरे वार्ड के गंदा नाला पैंदा सी। असी सरदार प्रगट सिंह जी ने दस्या, उन्होंने पूरा जोर ला के नाला उस बंद हो गया। प्रगट सिंह क्यों आने चाहिए? ये थोड़ा क्वेश्चन बड़ा वधिया है। जिहड़ी मैंटैलिटी प्रगट सिंह की है या जिहड़ी उन्हां दी सोच है, मैं बाकी किसी नज़र नहीं आती। मक्कड़ जी क्यों होने चाहिए? क्योंकि वह पिछले कल 7 साल तो साढ़े जी विचर रहे हैं, साढ़े दुख सुख शामिल हो रहे हैं। प्रगट सिंह की गल कर रहे हैं, आने चाहिए कि नहीं आने चाहिए? दसो तुम। नहीं नहीं आने चाहिए है, काम वधिया होगा अपने इलाके का, हूँ मौका भी सुधार किया। इतने पक्की गल के प्रगट साहब इतों जितने 100% जितावे जी पक्का। जिमें कि असी पिंड गढ़े 24 नंबर वार्ड के लोगों के रिव्यू लैके आए कि किड़े लोग इस बारी किड़ी पार्टी को चाहते हैं, किड़ा एमएलए आना चाहिए या किड़ा नहीं आना चाहिए। तो 24 नंबर वार्ड के जिहड़े कौंसलर आ मिंटू जनेजा, तो अज उन्हां भी गल करते हैं, क्योंकि जिमें आप देखीदा अक्सर पार्टियां जिहड़ियां हैगियां वड्डे वड्डे नेता जिहड़े आ ਉਹ ਵੀ ਮੌਕੇ 'ਤੇ ਪਾਰਟੀਆਂ ਚੇਂਜ ਕਰ ਲੈਂਦੇ ਨੇ, ਕੋਈ ਨੇਤਾ ਇੱਧਰ ਚੱਲ ਜਾਂਦਾ ਕੋਈ ਉੱਧਰ ਚੱਲ ਜਾਂਦਾ। ਅਤੇ ਦੇਖਦੇ ਹਾਂ ਕਿ ਇਹਨਾਂ ਦੇ ਇਸ ਵਾਰੀ ਆਪਣੇ ਜਿਹੜੇ ਇਲੈਕਸ਼ਨ 'ਤੇ ਜਿੰਨੇ ਵੀ MLA ਖੜ੍ਹੇ ਆ ਉਹਨਾਂ ਬਾਰੇ ਇਹਨਾਂ ਦੇ ਕੀ ਵਿਚਾਰ ਆ, ਇਸੇ ਪਾਰਟੀ ਦੇ ਨਾਲ ਕੰਮ ਕਰ ਰਹੇ ਜਾਂ ਕਿਸੇ ਹੋਰ ਪਾਰਟੀ ਨਾਲ ਉਡਾਰੀ ਮਾਰ ਗਿਆ। ਅਤੇ ਚਲੋ ਗੱਲ ਕਰਦੇ ਹਾਂ ਮਿੰਟੂ ਜਨੇਜਾ ਦੀ। ਚਲੋ ਮੋੜੋ ਜੀ ਕੈਮਰਾ। ਹੈਗੇ ਆਪਣੇ ਮਿੰਟੂ ਜਨੇਜਾ ਦਾ ਆਫਿਸ, ਜੋ ਕਿ 24 ਨੰਬਰ ਵਾਰਡ ਦੇ ਕੌਂਸਲਰ ਨੇ। ਅਤੇ ਚਲੋ ਗੱਲ ਕਰਦੇ ਹਾਂ ਆਪਣੇ ਮਿੰਟੂ ਜਨੇਜਾ ਨਾਲ, 24 ਨੰਬਰ ਵਾਰਡ ਦੇ ਕੌਂਸਲਰ। ਹਾਂਜੀ ਮਿੰਟੂ ਜੀ, ਸਵਾਗਤ ਹੈ ਤੁਹਾਡਾ ਦਿਆਨੀ ਗੁਜਾਲਾ ਵਿੱਚ। ਅਤੇ ਅਸੀਂ ਆਪਾਂ ਪਿੰਡ ਦੇ ਵਿੱਚ 24 ਨੰਬਰ ਵਾਰਡ ਦੇ ਵਿੱਚ ਲੋਕਾਂ ਦੇ ਰਿਵਿਊ ਲੈ ਕੇ ਆਏ ਹਾਂ। ਅਤੇ ਕੁਛ ਲੋਕਾਂ ਦੀ ਆਵਾਜ਼ ਆ ਬਰਾੜ, ਅਤੇ ਕੁਛ ਲੋਕਾਂ ਦੀ ਕਾਂਗਰਸ। ਜਿਵੇਂ ਕਿ ਆਪਾਂ ਅਕਸਰ ਦੇਖੀਦਾ ਕਿ ਇਸ ਸਮੇਂ ਦੇ ਵਿੱਚ ਕਾਫੀ ਜਿਹੜੇ ਵੱਡੇ ਵੱਡੇ ਲੀਡਰ ਆ ਉਹ ਵੀ ਪਾਰਟੀਆਂ ਚੇਂਜ ਕਰਕੇ ਦੂਜੀ ਪਾਰਟੀ ਵਿੱਚ ਚਲ ਜਾਂਦੇ ਆ, ਕੋਈ ਉੱਧਰ ਚਲ ਜਾਂਦਾ ਅਤੇ ਕੋਈ ਉੱਧਰ ਚਲ ਜਾਂਦਾ। ਅਤੇ ਹੁਣ ਤੁਸੀਂ ਦੱਸੋ ਇਸ ਟਾਈਮ ਕਿਹੜੀ ਪਾਰਟੀ ਦੇ ਨਾਲ ਤੁਸੀਂ ਵਰਕ ਕਰ ਰਹੇ ਹੋ? ਅਸੀਂ ਜੀ ਜਦੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਸੀਂ ਜਦੋਂ ਦੇ ਆਪਣੀ ਹੋਸ਼ ਸੰਭਾਲੀ ਅਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹਾਂ, ਅਤੇ ਕਾਂਗਰਸ ਪਾਰਟੀ ਸਾਡੀ ਜਿੰਦਜਾਨ ਹੈ। ਅਸੀਂ ਕੌਂਸਲਰ ਵੀ ਕਾਂਗਰਸ ਪਾਰਟੀ ਦੇ 24 ਨੰਬਰ ਵਾਰਡ ਤੋਂ। ਅਸੀਂ ਜਦੋਂ 2017 'ਚ ਸਰਕਾਰ ਬਣੀ ਉਦੋਂ ਇਲੈਕਸ਼ਨ ਹੋਏ, ਅਸੀਂ ਬਹੁਤ ਵਧੀਆ ਲੀਡ ਦੇ ਮਾਰਜਨ ਨਾਲ ਕਾਂਗਰਸ ਦੇ ਝੰਡੇ ਹੇਠ ਜਿੱਤ ਪ੍ਰਾਪਤ ਕੀਤੀ ਹੈ। ਅਤੇ ਅਸੀਂ ਹੁਣ ਵੀ ਆਪਣੇ ਜਿਹੜੇ ਸਾਡੇ ਇਸ ਹਲਕੇ ਦੇ ਹਰਮਨ ਪਿਆਰੇ ਨੇਤਾ ਨੇ ਸਰਦਾਰ ਪ੍ਰਗਟ ਸਿੰਘ ਜੀ, ਜਿਨ੍ਹਾਂ ਨੂੰ ਬੜਾ ਦੇਸ਼ ਨੂੰ ਸਾਰਿਆਂ 'ਤੇ ਮਾਣ ਹੈ ਕਿ ਉਹ ਸਾਡੇ ਇੰਡੀਅਨ ਹਾਕੀ ਟੀਮ ਦੇ ਕਪਤਾਨ ਵੀ ਰਹੇ ਨੇ, ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਰਹਿਨੁਮਾਈ ਦੇ ਥੱਲੇ ਇਲੈਕਸ਼ਨ ਲੜ ਰਹੇ, ਉਹਨਾਂ ਨੂੰ ਜਿਤਾਉਣ ਲਈ ਅਸੀਂ ਦਿਨ ਰਾਤ ਇੱਕ। ਪਰ ਆਮ ਜਨਤਾ ਦੀ ਜਿਹੜੀ ਆਵਾਜ਼ ਆ, ਕੁਛ ਲੋਕ ਤਾਂ ਆਪਣੇ ਅਕਾਲੀ ਦਲ ਤੋਂ ਜਿਹੜੇ ਆਪਣੇ ਜਗਬੀਰ ਸਿੰਘ ਬਰਾੜ ਜੀ ਖੜ੍ਹੇ ਆ, ਉਹਨਾਂ ਵਾਸਤੇ ਵੀ ਆਵਾਜ਼ ਆ ਰਹੀ ਆ, ਆਮ ਆਦਮੀ ਦੀ ਆਵਾਜ਼ ਆ ਰਹੀ ਆ। ਅਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਦਾਅਵੇ ਦੇ ਨਾਲ ਕਿ ਤੁਸੀਂ ਪ੍ਰਗਟ ਸਿੰਘ ਨੂੰ ਹੀ ਜਿਤਾਓਗੇ? ਸਰ ਇੱਦਾਂ ਕਿ ਜੋ ਸਾਡੇ ਪ੍ਰਗਟ ਸਿੰਘ ਜੀ ਨੇ ਜੋ ਸਾਡੇ ਹਲਕੇ 'ਚ ਕੰਮ ਕੀਤੇ ਨੇ ਉਹ ਕੰਮ ਬੋਲਦੇ ਨੇ। ਕੰਮ ਕੋਈ ਗਨਾਸ ਕਿਹੜੇ ਕੰਮ ਕੀਤੇ ਉਹਨਾਂ ਨੇ? ਮੈਂ ਦੱਸਣਾ ਜੀ, ਇੱਕ ਤਾਂ ਸਾਡੇ 24 ਨੰਬਰ ਵਾਰਡ ਦੇ ਵਿੱਚ ਮੇਰੇ ਵਾਰਡ ਦੇ ਵਿੱਚ ਗੰਦਾ ਨਾਲਾ ਪੈਂਦਾ ਸੀ, ਜਿਹੜਾ ਕਿ ਜਦੋਂ ਦੀ ਅਸੀਂ ਜੰਮੇ ਹਾਂ ਉਦੋਂ ਦਾ ਗੰਦਾ ਨਾਲਾ ਸੀ। ਲੋਕਾਂ ਨੇ ਜਦੋਂ ਮੈਂ ਬਣਿਆ ਸੀ, ਲੋਕਾਂ ਦਾ ਮੇਰੇ ਨਾਲ ਵਾਅਦਾ ਸੀ ਵੀ ਪਹਿਲੇ ਕੌਂਸਲ ਸਾਹਿਬ ਤੁਹਾਨੂੰ ਜਿਤਾ ਤਾਂ ਦੇਵਾਂਗੇ, ਨਾਲਾ ਬੰਦ ਕਰਾਓ। ਅਸੀਂ ਉਹ ਸਰਦਾਰ ਪ੍ਰਗਟ ਸਿੰਘ ਜੀ ਨੂੰ ਦੱਸਿਆ, ਉਹਨਾਂ ਨੇ ਪੂਰਾ ਜ਼ੋਰ ਲਾ ਕੇ ਉਹ ਨਾਲਾ ਉਸ ਬੰਦ ਹੋ ਗਿਆ, ਬਾਕੀ ਬੰਦ ਹੋਣ ਸ਼ੁਰੂ ਹੋਇਆ ਹੋਇਆ, ਉੱਥੇ ਵਰਕ ਆਰਡਰ ਕੰਮ ਸ਼ੁਰੂ ਹੋਇਆ, ਦੇਖ ਲਓ ਜਾ ਕੇ। ਦੂਜਾ ਉਹਨਾਂ ਨੇ ਇਹਦੀ ਸ਼ਹਿਰ ਦੀ ਕਨੈਕਟੀਵਿਟੀ ਸਾਡੇ ਅਰਬਨ ਸਟੇਟ ਫੇਸ 1 ਤੋਂ ਅੰਡਰ ਬ੍ਰਿਜ ਬਣਾ ਕੇ ਜਿਹੜਾ ਕਿ LIG ਦੇ ਨਾਲ ਜਾਂਦਾ, 120 ਫੁੱਟੀ ਰੋਡ ਜਿੱਦਾਂ ਕਿ ਉਹ ਸਾਰੇ ਸ਼ਹਿਰ ਨੂੰ ਜੋੜ ਰਿਹਾ, ਉਹ ਰੋਡ ਸਿੱਧੀ ਤੁਸੀਂ ਜਦੋਂ ਜਾਣਾ ਸ਼ਹਿਰ ਦੇ ਵਿੱਚ ਤੁਹਾਨੂੰ ਸਾਰਾ ਆਪਣੇ ਜਾਮ ਤੋਂ ਛੁਟਕਾਰਾ ਮਿਲੇਗਾ, ਕੋਈ ਫਾਟਕ ਨਹੀਂ ਬੰਦ ਮਿਲੇਗਾ, ਅੰਡਰ ਪਾਥ ਬਣਾ ਰਹੇ ਹਾਂ। ਹੋਰ ਮੇਰੇ ਵਾਰਡ ਦੇ ਵਿੱਚ ਅਸੀਂ ਜਿੰਮ ਲਵਾਏ ਨੇ, 8 ਜਿੰਮ ਲਵਾ ਚੁੱਕੇ ਹਾਂ, ਜਿਹੜੇ ਕਿ ਇੱਕ ਰਿਕਾਰਡ ਹੈ ਕਿ ਅੱਜ ਤੱਕ ਜਿੰਮ ਨਹੀਂ ਬਣੇ 24 ਨੰਬਰ ਵਾਰਡ 'ਚ। ਹਾਂਜੀ 24 ਨੰਬਰ ਵਾਰਡ 'ਚ ਅਸੀਂ 8 ਜਿੰਮ ਲਵਾ ਚੁੱਕੇ ਹਾਂ। ਕਿਹੜੀ ਜਗ੍ਹਾ ਜਿੰਮ ਲਗਵਾਏ ਤੁਸੀਂ? ਮੈਂ ਕੰਨਿਆਂ ਵਾਲੀ ਮਹੱਲਾ ਕੰਨਿਆਂ ਵਾਲੀ ਅਰਬਨ ਸਟੇਟ 11 ਨੰਬਰ ਪਾਰਕ ਫੇਸ 1 'ਚ, MSG ਦੇ ਕੋਲ ਇੱਕ ਪਾਰਕ ਉਹ 'ਚ ਲੱਗਾ, ਇੱਧਰ ਅਰਬਨ ਸਟੇਟ ਫੇਸ 2 'ਚ 7 ਨੰਬਰ ਪਾਰਕ ਅਤੇ 8 ਨੰਬਰ ਪਾਰਕ 'ਚ ਜਿੰਮ ਲੱਗ ਚੁੱਕੇ ਨੇ। ਉੱਥੇ ਬੱਚੇ ਉਸ ਚੀਜ਼ ਨੂੰ ਫੇਸ 2 ਦੇ ਵਿੱਚ ਵੀ ਬੱਚੇ, ਅਤੇ ਮੈਂ ਫੇਸ 2 ਦੇ ਵਿੱਚ ਲਾਲ ਸਕੂਲ ਦੇ ਵਿੱਚ ਬੈਂਚਾਂ ਵਗੈਰਾ ਬੱਚੇ ਉੱਥੇ ਬੈਡਮਿੰਟਨ ਕੋਰਟ ਵੀ ਬਣਵਾਇਆ। ਪਰ ਕਾਫੀ ਲੋਕ ਜਿਹੜੇ ਪ੍ਰਗਟ ਸਿੰਘ ਤੋਂ ਨਾਰਾਜ਼ ਨੇ ਕਿ ਸੜਕਾਂ ਤੁਹਾਡੇ ਇਸ ਹਲਕੇ ਦੇ ਵਿੱਚ, ਆਪਾਂ ਦੇਖਿਆ ਘੁੰਮ ਫਿਰ ਕੇ ਸਾਰੇ ਸਰਵੇ ਕੀਤਾ ਵਾ ਆਪਣੇ ਪਿੰਪਸ ਦੇ ਸਾਹਮਣੇ, ਉੱਥੇ ਇੱਕ ਸੜਕ ਟੁੱਟੀ ਹੋਈ ਆ, ਅਤੇ ਆਪਣੇ ਕੈਂਟ ਰੋਡ ਦੇਖ ਲਓ
ਉੱਥੇ ਵੀ ਤਾਂ ਕਾਫੀ ਲੋਕ ਨਾਰਾਜ਼ ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਜਿਹੜੀ ਕੈਂਟ ਰੋਡ ਵਾਲੀ ਸੜਕ ਹੈ ਉਹਦਾ ਵਰਕ ਆਰਡਰ ਹੋਇਆ ਹੈ ਉਹਦਾ ਵਰਕ ਆਰਡਰ ਹੋਇਆ ਪਰ ਜਦੋਂ ਤਾਂ ਹੁਣ ਬਰਸਾਤੀ ਵਿੱਚ ਜਿਵੇਂ ਸਰਦੀਆਂ ਆ ਗਈਆਂ ਉਹ ਸੜਕਾਂ ਬਣ ਨਹੀਂ ਸਕੀਆਂ ਜਿਹੜੀ ਤੁਸੀਂ ਪਿੰਸ ਵਾਲੀ ਸੜਕ ਹੈ ਉਹ ਟੈਂਪਰੇਚਰ ਦੇ ਹਾਲੇ ਸੈੱਟ ਹੋਣਾ ਸੀ ਸੜਕ ਨੇ ਜਦੋਂ ਬਣੀ ਕਿਉਂਕਿ ਸਰਦੀਆਂ ਦਾ ਮੌਸਮ ਹੈ ਧੁੱਪ ਲੱਗੀ ਨਹੀਂ ਉਸ ਤੋਂ ਬਾਅਦ ਬਰਸਾਤ ਆ ਗਈ ਉਖੜ ਗਈ ਸੜਕ ਉਹਦੇ ਵਿੱਚ ਉਹ ਪਨਿਸ਼ ਉਹਨੂੰ ਪਨਿਸ਼ ਕੀਤਾ ਗਿਆ ਠੇਕੇਦਾਰ ਨੂੰ ਸਰਦਾਰ ਪ੍ਰਗਟ ਸਿੰਘ ਨੇ ਪਨਿਸ਼ ਕੀਤਾ ਉਹਨਾਂ ਨੂੰ ਔਰ ਉਹਨਾਂ ਨੇ ਵਾਅਦਾ ਕੀਤਾ ਕਿ ਧੁੱਪ ਤੋਂ ਬਾਅਦ ਇਹ ਸੜਕ ਬਣ ਜਾਏਗੀ ਮੰਡੀ ਬੋਰਡ ਦੇ ਡਾਇਰੈਕਟਰ ਬਲਜੀਤ ਸਿੰਘ ਪੋਪੀ ਉਹ ਵੀ ਬੈਠੇ ਨੇ ਅਤੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦੀ ਪ੍ਰਗਟ ਸਿੰਘ ਬਾਰੇ ਕੀ ਸੋਚ ਆ ਹਾਂਜੀ ਪ੍ਰਗਟ ਸਿੰਘ ਬਾਰੇ ਸੋਚ ਬਹੁਤ ਵਧੀਆ ਜੀ ਪ੍ਰਗਟ ਸਿੰਘ ਇੱਕ ਬੜੇ ਸੁਲਝੇ ਅਤੇ ਸਪਸ਼ਟਵਾਦੀ ਨਾਲ ਇਨਸਾਨ ਨੇ ਉਹ ਕਿਉਂਕਿ ਉਹ ਜਿੱਥੇ ਜਿੱਥੇ ਨਾਲ ਉਹ ਦੋ ਵਾਰੀ MLA ਬਣੇ ਨਾਲ ਉਹ ਦੋ ਵਾਰ ਆਪਣੇ ਬਿਊਰੋਕ੍ਰੇਸੀ ਦੇ ਵਿੱਚ ਵੀ ਰਹੇ ਨੇ ਉਹ ਕਿਉਂਕਿ ਸਪੋਰਟਸ ਡਾਇਰੈਕਟਰ ਵੀ ਰਹੇ ਨੇ ਉਸ ਤੋਂ ਬਾਅਦ ਉਹ ਪੁਲਿਸ ਡਿਪਾਰਟਮੈਂਟ 'ਚ ਵੀ ਰਹੇ ਨੇ ਅਤੇ ਕੰਮ ਕਰਨ ਦਾ ਤਰੀਕਾ ਉਹਨਾਂ ਦਾ ਬਹੁਤ ਵਧੀਆ ਕਿ ਜਿਹੜੀ ਉਹਨਾਂ ਨੇ ਹਾਂ ਜਿਹੜੀ ਉਹਨਾਂ ਨੇ ਗੱਲ ਕਹਿਣੀ ਹੈ ਉਹ ਸਾਫ਼ ਕਹਿਣੀ ਹੈ ਤੁਸੀਂ ਪ੍ਰਗਟ ਸਿੰਘ ਤੋਂ ਬਹੁਤ ਖੁਸ਼ ਹੈਗੇ ਹੋ ਬਿਲਕੁਲ ਬਹੁਤ ਖੁਸ਼ ਜ਼ਿਆਦਾ ਜੀ ਬਲਜੀਤ ਜੀ ਆਪਾਂ ਪਿੱਛੇ ਸੁਣਿਆ ਕਿ ਤੁਸੀਂ ਆਪਣੇ ਟਿਕਟ ਵੀ ਅਪਲਾਈ ਕੀਤੀ ਸੀ ਔਰ ਕਾਫੀ ਸਾਲਾਂ ਤੋਂ ਤੁਸੀਂ ਅਸੀਂ ਵੀ ਤੁਹਾਨੂੰ ਦੇਖਿਆ ਕਿ ਤੁਸੀਂ ਕਾਂਗਰਸ ਪਾਰਟੀ ਦੀ ਕਾਫੀ ਸੇਵਾ ਕੀਤੀ ਆ ਤਾਂ ਲੋਕਾਂ ਦੀ ਜਿਹੜੀ ਆਵਾਜ਼ ਸੀ ਕਹਿੰਦੇ ਸੀ ਬਲਜੀਤ ਸਿੰਘ ਪੋਪੀ ਇਸ ਟਿਕਟ ਦਾ ਹੱਕਦਾਰ ਆ ਪਰ ਟਿਕਟ ਤੁਹਾਨੂੰ ਨਹੀਂ ਦਿੱਤੀ ਫਿਰ ਵੀ ਤੁਸੀਂ ਇੰਨੇ ਖੁਸ਼ ਹੋ ਇਹਦਾ ਕੀ ਕਾਰਨ ਆ ਦੇਖੋ ਪਾਰਟੀ ਦੇ ਡਿਸੀਜ਼ਨ ਜਿਹੜੇ ਹੁੰਦੇ ਨੇ ਇਹਦੇ ਨਾਲ ਜੇ ਤਾਂ ਇਨਸਾਨ ਦਾ ਪਾਰਟੀ ਨਾਲ ਪਿਆਰ ਹੈ ਅਤੇ ਇਨਸਾਨ ਨੂੰ ਪਾਰਟੀ ਨਾਲ ਚੱਲਣਾ ਪੈਂਦਾ 2012 ਦੀ ਤੁਸੀਂ ਗੱਲ ਕਰ ਰਹੇ ਹੋ 2012 'ਚ ਹਾਂਜੀ ਹਾਂਜੀ ਬਿਲਕੁਲ ਜੀ 2012 'ਚ ਮੇਰੀ ਟਿਕਟ ਕੱਟ ਕੇ ਪ੍ਰਭਦਿਆਲ ਭਗਤ ਨੂੰ ਟਿਕਟ ਦਿੱਤੀ ਮੇਰੀ 12 'ਚ ਮੈਂ ਇਲੈਕਸ਼ਨ ਲੜਿਆ ਸੀ 12 'ਚ ਮੈਂ ਇਲੈਕਸ਼ਨ ਹਾਰ ਗਿਆ ਸੀ ਅਤੇ 17 ਵਿੱਚ ਟਿਕਟ ਮੇਰੀ ਕੱਟੀ ਬੜੀ ਨਾਰਾਜ਼ ਮਨ ਨੂੰ ਬੜੀ ਨਾਰਾਜ਼ਗੀ ਹੋਈ ਮਨ ਨੂੰ ਠੇਸ ਪਹੁੰਚਦੀ ਹੈ ਜਦੋਂ ਕਿਸੇ ਦੀ ਟਿਕਟ ਕੱਟੀ ਜਾਂਦੀ ਹੈ ਕਿਉਂਕਿ ਮੈਂ 11 ਵੋਟ ਦੇ ਇਲੈਕਸ਼ਨ ਰਿਹਾ ਸੀ ਪਰ ਫਿਰ ਮੈਂ ਸੋਚਿਆ ਵੀ ਜਿਹੜੀ ਪਾਰਟੀ ਹੈ ਇਹਨੇ ਡਿਸੀਜ਼ਨ ਸੋਚ ਸਮਝ ਕੇ ਲਿਆ ਅਤੇ ਫਿਰ ਪੁੱਛਿਆ ਗਿਆ ਮੈਂ ਮੇਰੀ ਡਿਸਕਸ਼ਨ ਹੋਈ ਕਾਫੀ ਬਹਿਸ ਵੀ ਹੋਈ ਮੇਰੀ ਕਿ ਟਿਕਟ ਪਾਰਟੀ ਦੇ ਜਾਣੇ ਕਿ ਤੁਸੀਂ ਭਗਤ ਹੋ ਹਾਂ ਇੱਕ ਭਗਤ ਮੰਨਿਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਅਤੇ ਪਰ ਅਕਸਰ ਦੇਖਦਾ ਕਿ ਤੁਸੀਂ ਇੱਕ ਕੌਂਸਲਰ ਲੈਵਲ 'ਤੇ ਕੰਮ ਕਰ ਰਹੇ ਹੋ ਇੱਥੇ ਤਾਂ ਉੱਪਰ ਜਿਹੜੇ ਵੱਡੇ ਵੱਡੇ ਲੀਡਰ ਬੈਠੇ ਆ ਉਹ ਜੰਪ ਮਾਰ ਕੇ ਦੂਜੀ ਪਾਰਟੀ ਵਿੱਚ ਜਾ ਰਹੇ ਆ ਪਰ ਤੁਸੀਂ ਕਿਉਂ ਨਹੀਂ ਡਿਸੀਜ਼ਨ ਲਿਆ ਇੱਦਾਂ ਦਾ ਦੇਖੋ ਉਹ ਲੋਕਾਂ ਦੀ ਆਪਣੀ ਸੋਚ ਹੈ ਪਰ ਇਹ ਗਲਤ ਧਾਰਨਾ ਅੱਜ ਉਹ ਲੀਡਰਾਂ ਦੀ ਗਲਤ ਧਾਰਨਾ ਬਣ ਗਈ ਹੈ ਉਹ ਕਹਿੰਦੇ ਵੀ ਟਿਕਟ ਮਿਲਣੀ ਚਾਹੀਦੀ ਹੈ ਚਾਹੇ ਬੱਸ ਦੀ ਮਿਲ ਜਾਵੇ ਬਸ ਤੋਂ ਮੇਰਾ ਭਾਵ ਹੈ ਕਿ ਕਿਸੇ ਪਾਰਟੀ ਦੀ ਵੀ ਟਿਕਟ ਮਿਲੇ ਪਰ ਦੇਖੋ ਪਾਰਟੀ ਵਿੱਚ ਮੈਂ 35-40 ਸਾਲ ਤੋਂ ਮਿਹਨਤ ਕਰ ਰਿਹਾ ਜੇ ਮੇਰੀ ਟਿਕਟ ਕੱਟੀ ਕੌਂਸਲ ਦੀ ਤਾਂ ਮੈਨੂੰ ਅੱਜ ਉਹਨਾਂ ਨੇ ਬਹੁਤ ਵੱਡੇ ਅਹੁਦੇ ਨਾਲ ਨਵਾਜਿਆ ਡਾਇਰੈਕਟਰ ਪੰਜਾਬ ਮੰਡੀ ਬੋਰਡ ਬਣਾਇਆ ਮੈਨੂੰ ਡਾਇਰੈਕਟਰ ਪੰਜਾਬ ਮੰਡੀ ਬੋਰਡ ਬਹੁਤ ਵੱਡਾ ਅਹੁਦਾ ਹੈ ਮਹਿਕਮਾ ਬਹੁਤ ਵੱਡਾ ਹੈ ਰਿਸਪੈਕਟ ਬੜੀ ਹੈ ਜਾਣੀ ਕਿ ਕੌਂਸਲਰ ਨਾਲੋਂ ਵੀ ਤੁਹਾਨੂੰ ਵੱਡਾ ਅਹੁਦਾ ਮਿਲ ਗਿਆ ਇਸ ਕਰਕੇ ਖੁਸ਼ ਹੋ ਗਏ ਬਿਲਕੁਲ ਬਿਲਕੁਲ ਇਹਨਾਂ ਦੀ ਵੀ ਆਪਾਂ ਰਿਵਿਊ ਲਾਈਏ ਇਹਨਾਂ ਦੀ ਕੀ ਸੋਚ ਹੈ ਜੀ ਹਾਂਜੀ ਆਪਣੇ ਭਾਈ ਸਾਹਿਬ ਤੁਹਾਡਾ ਤੁਸੀਂ ਕਿਸ ਕਿਹੜੇ ਵਾਰਡ ਤੋਂ ਮੈਂ 24 ਵਾਰਡ ਤੋਂ ਹੀ ਆ ਜੀ ਅੱਛਾ ਇੱਥੇ ਰਹਿੰਦੇ ਤੁਸੀਂ ਹਾਂਜੀ ਅਤੇ ਤੁਸੀਂ ਤਾਂ ਕਾਂਗਰਸ ਦੇ ਹੱਕ ਦੇ ਵਿੱਚ ਹੀ ਬੋਲਣਾ ਬਿਲਕੁਲ ਚਲੋ ਅਸੀਂ ਬਿਨਾਂ ਬਿਲਕੁਲ ਨਾਲ ਖੜੇ ਬਿਲਕੁਲ ਕੰਧਾ ਨਾਲ ਕੰਧਾ ਚੱਲ ਰਹੇ ਸੀ ਹੁਣ ਮੈਨੂੰ 12 ਮੁੱਕ ਤਾਂ ਵੀ 5:30 ਇਹ ਚਾਹ ਲੈਣ ਗਏ ਮੈਂ ਪਹਿਲੇ ਆਣ ਕੇ ਬੈਠਾ ਸੀ ਅੱਛਾ ਮੈਂ ਇਹਨੂੰ ਨਾਲ ਜੋੜ ਕੇ ਬੈਠਾ ਗਿਆ ਬਿਲਕੁਲ ਬਿਲਕੁਲ ਇਹਨਾਂ ਨਾਲ ਜੀ ਕੰਧਾ ਲੱਗ ਕੇ ਪ੍ਰ੾ਪਰ ਕੰਮ ਕਰਾਂਗੇ ਔਰ ਪ੍ਰਗਟ ਸਾਨੂੰ ਜਿਤਾਵਾਂਗੇ ਪੱਕਾ ਪੱਕੀ ਗੱਲ ਕੇ ਪ੍ਰਗਟ ਸਾਹਿਬ ਇੱਥੋਂ ਜਿੱਤਣਗੇ 100% ਜਿਤਾਵਾਂਗੇ ਜੀ ਪੱਕਾ ਅਸਲ ਸੱਚ ਕੀ ਹੈਗਾ ਕਿਉਂਕਿ ਜਿੱਦਾਂ ਕਾਂਗਰਸ ਪਾਰਟੀ ਨਾਲ ਲੋਕ ਜਿਹੜੇ ਜੁੜੇ ਆ ਉਹਨਾਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਹੀ ਬੋਲਣਾ ਅਤੇ ਹੁਣ ਆਪਾਂ ਜਿੱਦਾਂ ਕਿ ਅੱਗੇ ਵੀ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਉੱਥੇ ਵੀ ਪਿੰਡਾਂ ਤੋਂ ਜਾ ਕੇ ਰਿਵਿਊ ਲਵਾਂਗੇ ਹਾਂਜੀ ਆਪਣੇ ਭਾਈ ਸਾਹਿਬ ਇੱਥੇ ਰਹਿੰਦੇ ਤੁਸੀਂ ਬਿਲਕੁਲ ਜੀ ਬਿਲਕੁਲ ਕਿੰਨਾ ਨੰਬਰ ਵਾਰਡ ਤੁਹਾਡਾ 24 ਜੀ 24 ਵਾਰਡ ਜੀ ਅਤੇ ਜਿਵੇਂ ਆਪਾਂ ਹੁਣ 2022 ਇਲੈਕਸ਼ਨ ਦੀ ਗੱਲ ਕਰੀਏ ਕਿ ਪ੍ਰਗਟ ਸਿੰਘ ਆਪਣੇ ਕੈਂਟ ਹਲਕੇ ਤੋਂ ਖੜੇ ਆ ਜਗਵੀਰ ਬਰਾੜ ਜੀ ਖੜੇ ਆਪਣੇ ਸੁਰਿੰਦਰ ਸੋਢੀ ਆਮ ਆਦਮੀ ਪਾਰਟੀ ਤੋਂ ਖੜੇ ਆ ਅਤੇ ਸੰਯੁਕਤ ਮੋਰਚੇ ਤੋਂ ਆਪਣੇ ਜਸਵਿੰਦਰ ਜੀ ਅਤੇ ਹੁਣ BJP ਨੇ ਵੀ ਆਪਣਾ ਇੱਕ ਮੱਕੜ ਸਾਨੂੰ ਫਾਈਨਲ ਕਰਤਾ ਗੱਲ ਦਾ ਜੀ ਕਿਹੜੇ MLA ਆਉਣੇ ਚਾਹੀਦੇ ਦੇਖੋ ਜੀ ਜਿਸ ਹਿਸਾਬ ਨਾਲ ਇੱਥੇ ਕੰਮ ਦਾ ਰਿਸਪੋਂਸ ਹੈਗਾ ਆ ਜਾਂ ਕੰਮ ਕਰਨ ਵਾਲੇ ਹੈਗੇ ਆ ਉਸ ਹਿਸਾਬ ਨਾਲ ਤਾਂ ਸਰਦਾਰ ਪ੍ਰਗਟ ਸਿੰਘ ਜੀ ਆਉਣੇ ਚਾਹੀਦੇ ਆ ਪ੍ਰਗਟ ਸਿੰਘ ਹੀ ਕਿਉਂ ਆਉਣੇ ਚਾਹੀਦੇ ਸਰ ਪਿਛਲੇ 10 ਸਾਲ ਤੋਂ ਅਸੀਂ ਦੇਖ ਰਹੇ ਹਾਂ ਉਹਨਾਂ ਨੂੰ ਉਹਨਾਂ ਦੇ ਕੰਮਕਾਰ ਨੂੰ ਉਹਨਾਂ ਦੀ ਗੱਲਬਾਤ ਨੂੰ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਆ ਸਾਨੂੰ ਸਾਨੂੰ ਮਤਲਬ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਆ ਹਰੇਕ ਦੀ ਗੱਲ ਸੁਣੀ ਜਾਂਦੀ ਆ ਚਲੋ ਜੀ ਤੁਸੀਂ ਦੱਸੋ ਵੀ ਕਿਹੜੇ MLA ਆਉਣੇ ਚਾਹੀਦੇ ਆ ਆਈ ਥਿੰਕ ਪ੍ਰਗਟ ਸਿੰਘ ਇਜ਼ ਗੁੱਡ ਪ੍ਰਗਟ ਸਿੰਘ ਹੀ ਕਿਉਂ ਆਉਣੇ ਚਾਹੀਦੇ ਪ੍ਰਗਟ ਸਿੰਘ ਕਿਉਂ ਆਉਣੇ ਚਾਹੀਦੇ ਇਹ ਤੁਹਾਡਾ ਕੁਐਸਚਨ ਬੜਾ ਵਧੀਆ ਹੈ ਜਿਹੜੀ ਮੈਂਟੈਲਿਟੀ ਪ੍ਰਗਟ ਸਿੰਘ ਦੀ ਹੈ ਜਾਂ ਜਿਹੜੀ ਉਹਨਾਂ ਦੀ ਸੋਚ ਹੈ ਮੈਨੂੰ ਬਾਕੀ ਕਿਸੇ 'ਚ ਨਜ਼ਰ ਨਹੀਂ ਆਉਂਦੀ ਉਹ ਸੋਚ
सोच तो है, चलो कह रहे हो, पर कोई खासियत कोई इदा की खासियत क्या? अच्छा विजन है, डिवेलपमेंट अच्छी दे रहे हैं, हर एक दुख सुख के साथी हैं, कोई भी भैन भरा जाता वे उसकी गल नूं जिहड़ा पूरे ढंग नाल सुनना, मसले नूं हल करना, नहीं हो सकता तो उन्होंने जिहड़ा हैगा सही रस्ता दिखाना। काफ़ी लोग तो नाराज़ है कि कहिंदे सड़कां टुटियां होईआं, काम नहीं होए। ये वो लोग है जी जिन्होंने कह लो तुम कि सड़कों का बहाना बनाते हैं, पर काम उल्टे सीधे पालते हो, मैंने नहीं लगता किसी का उल्टे सीधा काम करता जी। हाँ तुम दसो तुम क्या बात है जी, तुम तो अपने शरेआम प्रगट सिंह की तुम सपोर्ट कर रहे हो तो पता लग रहा, फिर तो प्रगट सिंह के हक च बोलने ही बोलना वा, है ना? चलो मेरे ख्याल तुम्हें तो पूछने का फायदा भी कोई नहीं कि तुम प्रगट सिंह के बारे बोलना, तो हम तुम दसो भी किमएलए इस बार आने चाहिए। मेरे हिसाब न सरबजीत मकर सिंह जी आने चाहिए ने। मकर जी क्यों आने चाहिए? क्योंकि वह पिछले कड़े 7 साल तो साढ़े जी विचर रहे हैं, साढ़े दुख सुख शामिल हो रहे हैं, तो विचर रहे हैं तो करके आने चाहिए, ज कोई उन्होंने कोई खास कोई काम भी है कोई इतने काम साढ़े दुख सुख ना साझे करते तो बड़ा काम की हो सकता, साढ़े हर दुख सुख ना खड़े ने जो आवाज मारते भीड़ पैंती उस वे आ जाते साढ़े को खड़े होंगे इस करके भाई साहब भी नाल उन्होंने आप रिव्यू लीए तुम दसो थी आवाज मेरी जी ये आवाज है मकर साहब जितर विजेता हो गए क्योंकि वो स्टैंड लेंदे पब्लिक दे मगर ठीक है जी तो इस बार टिकट दे थोड़ी हुई उपर थले पर उम्मीद है ये पब्लिक सानू सपोर्ट पूरी करेगी। पिछली बार क्यों हारे हो फिर जो स्टैंड लेंदे तो यह तो देखो जी ये पब्लिक ने डिसाइड करना जो वर्क करेगा उन्होंने वोट पेगी। थोड़ा जहा अगे भी दुकाना वाले को गलबात करते हैं निकलते हैं। हाँ जी सत श्रीकाल जी, और जनाब की हाल चाल वधिया जी, तो तुसी दसो किहड़े एमएलए आने चाहिए इस बार? एमएलए देखो किहड़ा हुंदा है तो वक्त ही दसेगा जी, जिवें गल कीती सी अपने दुकान वाले पहलां तो चले गए सी हुण दुबारा वापस आ गए, चलो आपां इहनां कोलों पुछदे हां वी किहड़ा इस वारी। हाँ जी जनाब आयो जी माड़ा जिहा इधर, हाँ जी हाँ जी दसो किहड़े एमएलए इस वारी आने चाहिए? हाँ साडे जिहड़ा मर्जी है काम करना चाहिए है, कोई भी आवे 5 साल तो दे ही रहे हैं किम करते नहीं करते कम जो सारे एक ही करते यह होना चाहिए साढ़े भी कम हो व्यापारियों का कम हो सारे काम सही होना चाहिए जो मर्जी आवे सा कुछ मतलब कि तुम सैटिस्फाई नहीं है जो पहला एमएलए से वो इदा ही है कोई खास नहीं बेनीफिट मिले बेनीफिट नहीं मिले जाने की प्रगट सिंह के हक च नहीं है ना नहीं हक नहीं मतलब जो कैप्टन है जो कह नौकरी आप प्रगट सिंह की गल कर रहे हैं हाँ हाँ जी ठीक है उन्होंने दो बार जितों जितते साढ़े एरिए तो उन्होंने काम सारे वधिया करते हूँ भी जिदा जाओ कोई ना नहीं करते काम करन तो प्रगट सिंह की गल कर रहे हैं आने चाहिए कि नहीं आने चाहिए दसो तुम नहीं नहीं आने चाहिए है काम वधिया होगा अपने इलाके का उन्होंने बो काफ़ी सुधार किया इतने इन्हों की आवाज़ है कि प्रगट सिंह आने चाहिए चलो बाकी और मार्केट कुछ लोग है 24 नंबर वार्ड गढ़े उन्होंने भी गलबात करते जाके चलो जी दसो कि एमएलए आने चाहिए देखो जी 5 साल जिहड़ी सरकार रही है और जिहड़े उन्हें विकास किए लोगों के जग जाहर ने बाकी लोग समझदार है उन्होंने अजे तक कोई अपना जो है स्टैंड क्लीयर नहीं किया है। ये तुहाडी की पसंद है कि इस बार एमएलए आने चाहिए? असी तो कह रहे कि सेंटर च सरकार है भाजपा की और इतने भी भाजपा की सरकार होनी चाहिए है जिनाल विकास की गति जी तेज़ होएगी। एक होर अपने भाई साहब सरदार जी तो उन्होंने भी गलबात करते हैं कि पार्टी आनी चाहिए? इन्होंने भी झाड़ू की बोल नहीं सकते पर इन्हों की वोट बनी आ इन्हों भी सोच है कि आम आदमी पार्टी आनी चाहिए है, तुहाडी की सोच है किमएलए जोड़े आ कि वह आने चाहिए? जी अपनी तो सोच है कि जिन्होंने लोगों ने पार्टी काम कर रही है जब लोग उन्होंने मतलब सपोर्ट कर रहे हैं तो मेरा तो हिसाब जहाँ कि जो लोग मतलब चाहते हैं कि साड़ी मतलब बंदा काम कर रहा है तो लोग सियाने ने उन्हें आप ही वोट पा देनी है। अपनी सोच यह है कि एमएलए बदलने चाहिए ने पुराने नवे एमएलए आने चाहिए तो अपनी सोच तो यही है कि नवे एमएलए आऊगा कोई अपनी नवी सोच ला के आएगा ठीक है जी तो अपना विचार तो यही है कि नवे एमएलए आना चाहिए कोई ठीक है जी।